ਅੱਜ ਦੇ ਤਕਨੀਕੀ ਯੁੱਗ ਵਿੱਚ ਕਈ ਕਾਢਾਂ ਹੋਈਆਂ, ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਘਰਾਟ ਵਿੱਚ ਲੈ ਕੇ ਆਏ ਹਾਂ ਜੋ ਅੰਗਰੇਜ਼ਾਂ ਦੇ ਸਮੇਂ ਤੋਂ ਹੈ। ਅਤੇ ਇਸ ਘਰਾਟ ਦਾ ਜਿਹੜਾ ਆਟਾ ਦੱਸਿਆ ਜਾਂਦਾ ਹੈ ਕਿ ਮਨੁੱਖੀ ਸਿਹਤ ਦੇ ਲਈ ਲਾਹੇਵੰਦ ਸਾਬਿਤ ਹੁੰਦਾ ਹੈ। ਮੇਰੇ ਨਾਲ ਇਸ ਵਕਤ ਘਰਾਟ ਦੇ ਮਾਲਿਕ ਬੱਬੀ ਜੀ ਮੌਜੂਦ ਨੇ। ਬੱਬੀ ਜੀ, ਕਿਵੇਂ ਘਰਾਟ ਹੈ ਜਿਹੜਾ ਮਨੁੱਖੀ ਸਿਹਤ ਦੇ ਲਈ ਘਰਾਟ ਦਾ ਆਟਾ ਜਿਹੜਾ ਉਹ ਸਹੀ ਹੈ? ਦੇਖੋ, ਰਿਐਲਿਟੀ ਆਟਾ ਹੀ ਆ, ਇਹ 'ਚ ਕੋਈ ਬਿਜਲੀ ਦਾ ਕੋਈ ਸਿਸਟਮ ਨਹੀਂ ਹੈਗਾ, ਸਾਰਾ ਪਾਣੀ ਨਾਲ ਚੱਲਦਾ ਅਤੇ ਪਿਓਰ ਆਟਾ, ਨਾ 'ਚ ਕੋਈ ਨਿਕਲਣਾ, ਨਾ ਸੂਜੀ, ਨਾ ਬੈਦਾ, ਕੁਛ ਨਾ ਚੋਖਰ, ਨਾ ਗੱਲਾਂ। ਜਿੱਦਾਂ ਰਿਐਲਿਟੀ ਆਟਾ ਆਉਣਾ, ਉੱਦਾਂ ਰਿਐਲਿਟੀ ਬਣਨਾ। ਖਾਣ 'ਚ ਵੀ ਵਧੀਆ, ਸਿਹਤ ਲਈ ਵਧੀਆ, ਪੇਟ ਲਈ ਵਧੀਆ। ਕਿੰਨਾ ਪੁਰਾਣਾ ਘਰਾਟ ਹੈ? 1895 ਦਾ, 128 ਸਾਲ ਪੁਰਾਣਾ ਘਰਾਟ ਦਾ ਜਿਹੜਾ ਆਟਾ, ਕਿਵੇਂ ਮਤਲਬ ਕਿਵੇਂ ਪ੍ਰੋਸੈਸ ਕਿਵੇਂ ਚੱਲਦਾ, ਕਿੱਦਾਂ ਤਿਆਰ ਹੁੰਦਾ, ਕਿਵੇਂ ਮਸ਼ੀਨ ਚੱਲਦੀ ਹੈ? ਉਹ ਸਮਝੋ, ਪਿੱਛੋਂ ਪਾਣੀ ਅਸੀਂ ਡੰਪ ਕੀਤਾ ਤਾ, ਉਹ ਪਾਣੀ ਦਾ ਗੇੜ ਲੱਗਿਆ। ਜਿਹੜੇ ਗੇੜ ਖੋਲਾਂਗੇ, ਪਾਣੀ ਅੰਦਰ ਆਏਗਾ, ਥੱਲੇ ਲੋਹੇ ਦਾ ਪੱਖਾ ਲੱਗਾ, ਉੱਥੇ ਪਾਣੀ ਪਏਗਾ, ਪੱਖਾ ਘੁੰਮੇਗਾ, ਉਹ ਚੱਕੀ ਘੁੰਮਾਏਗਾ, ਉਹ ਪਾਣੀ ਘੁੰਮ ਕੇ ਫਿਰ ਬਾਹਰ ਨਿਕਲ ਜਾਏਗਾ ਅਤੇ ਉਹ ਆਟਾ ਉੱਥੋਂ ਕਣਕ ਪਏਗੀ, ਥੱਲੋਂ ਆਸਰੇ ਦੇ ਕਣਕ ਪਏਗੀ, ਬਾਹਰ ਆਟਾ ਆਏਗਾ, ਪਿਓਰ ਪੀਸੇਗਾ। ਇਹ ਵੀ ਕਿਹਾ ਜਾਂਦਾ ਕਿ ਜਿਹੜੇ ਸ਼ੂਗਰ ਦੇ ਮਰੀਜ਼ ਹੈ ਜਾਂ BP ਜਿਹਨਾਂ ਦਾ ਅੱਜ ਕੱਲ੍ਹ ਲੋਕ ਮਰਜ਼ੀ ਖਾਏਗੀ, ਇਹਨੂੰ ਆਟਾ ਸਾਰਾ ਨਾਲ ਵਧੀਆ ਚੀਜ਼, ਰਿਐਲਿਟੀ ਆਟਾ ਜਿਹਨੂੰ ਕਹਿੰਦੇ ਆ, ਪ੍ਰੋਟੀਨ ਵੀ ਪੂਰੀ ਹੈ 'ਚ, ਬਾਕੀ ਉਹ 'ਚੋਂ ਨਿਕਲ ਜਾਣਾ, ਚੋਖਾ ਨਿਕਲ ਗਈ, ਸੂੜਾ ਨਿਕਲ ਗਿਆ ਮਸ਼ੀਨ ਤੋਂ, ਖਤਮ ਹੋ ਗਿਆ ਆਟਾ, ਉੱਤਰੀ ਸਾਲਾ ਤਾਕਤ ਤੋਂ ਬਾਅਦ ਚਲ ਗਈ ਉਹਦੀ, ਇਹਦੇ ਵਿੱਚ ਸਭ ਕੁਝ ਵਿੱਚ ਹੀ ਹੈ। ਪਰ ਇਹ ਵੀ ਦੇਖਣ 'ਚ ਆਇਆ ਕਿ ਪਹਿਲਾਂ ਕਹਿੰਦੇ ਬਹੁਤ ਘਰਾਟ ਹੁੰਦੇ ਸੀ, ਹੌਲੀ ਹੌਲੀ ਘਟਦੇ ਜਾ ਰਹੇ, ਕਾਰਨ ਕੀ? ਕਾਰਨ ਇਹ ਵੀ ਬਿਲਡਿੰਗਾਂ ਪੁਰਾਣੀਆਂ ਹੈ ਤਾਂ ਅੰਗਰੇਜ਼ਾਂ ਟਾਈਮ ਦੇ ਬਣੇ ਦੇ ਆ, ਜਿਹੜੀ ਬਿਲਡਿੰਗ ਟੁੱਟ ਜਾਂਦੀ ਰਿਪੇਅਰ ਹੁੰਦੀ ਸਰਕਾਰ ਕਰਾਉਂਦੀ ਨਹੀਂ, ਸਰਕਾਰ ਰਿਪੇਅਰ ਨਹੀਂ ਕਰਾਉਂਦੀ, ਜੋ ਟੁੱਟ ਜਾਂਦੀ ਬਿਲਡਿੰਗ ਜਦੋਂ ਖਤਮ ਹੋ ਜਾਂਦੀ ਫਿਰ ਘਰਾਟ ਖਤਮ ਹੋ ਜਾਂਦਾ। ਬਸ ਲੋਕ ਆਉਂਦੇ ਨੇ ਘਰਾਟ ਦੇ ਵਿੱਚ, ਲੋਕ ਤਾਂ ਬਾਹਰੋਂ ਦੂਰੋਂ ਦੂਰੋਂ ਪਿੰਡਾਂ 'ਚ ਆਉਂਦੇ ਆ, ਚੰਡੀਗੜ੍ਹ ਤਾਂ ਘਟ ਜਾਂਦੇ, ਸਾਡਾ ਚੰਡੀਗੜ੍ਹ, ਹੁਸ਼ਿਆਰਪੁਰ, ਸਾਰੇ ਅੰਮ੍ਰਿਤਸਰ, ਗੁਰਦਾਸਪੁਰ, ਸਾਰੇ ਖੜਦੇ, ਜਿੰਨੇ ਵਪਾਰੀ ਆਉਂਦੇ ਆ, ਆਉਂਦੇ ਤਾਂ ਗ੍ਰਹੀ ਕਰਨਾ, ਜਾਲ ਕੇ ਆਟਾ ਲੈ ਕੇ ਜਾਂਦੇ ਆ। ਇਹ ਜਿਹੜਾ ਇਹ ਘਰਾਟ ਦਾ ਜਿਹੜਾ ਆਟਾ ਹੈਗਾ, ਇਹ ਉਹੀ ਬੋਲਦਾ ਮਿਲਦਾ ਜਾਂ ਇਹਦਾ ਕੋਈ ਅਲੱਗ ਰੇਟ ਹੈਗਾ ਜਾਂ ਕੀ? ਰੇਟ ਤਾਂ ਸੇਮ ਹੀ ਹੈ, ਕੋਈ ਰੇਟ ਸੇਮ ਰੇਟ ਆ, ਜੋ ਬਾਜ਼ਾਰ ਆ, ਸੋ ਬਾਜ਼ਾਰ ਨਾਲ ਸਸਤਾ। ਦੇਖੋ, ਆਸ਼ੀਰਵਾਦ ਆਟਾ 420-440 ਰੁਪਏ ਕਿਲੋ, ਅਸੀਂ 30 ਰੁਪਏ ਕਿਲੋ ਦਿੰਦੇ ਹਾਂ ਪਿਓਰ ਆਟਾ, ਧੋ ਕੇ ਕਣਕ ਤਿਆਰ ਕਰਕੇ, ਸਾਫ਼ ਕਰਕੇ, ਦੇਖੋ ਧੋ ਕੇ ਕਣਕ ਬਾਹਰ ਸੁੱਕਣੇ ਪਾਈ ਦੀ, ਤਿਆਰ ਕਰਕੇ ਬਿਲਕੁਲ ਪੀ ਕੇ ਫਿਰ ਦੇਣਾ ਪਿਓਰ ਆਟਾ, ਕਣਕ ਨੂੰ 2 ਵਾਰੀ ਵਾਸ਼ ਕਰਕੇ ਫਿਰ ਅਸੀਂ ਪੀ ਕੇ ਦਿੰਦੇ। ਪਹਿਲਾਂ ਤੁਸੀਂ ਕਰਦੇ ਹੋ ਜਾਂ ਤੁਹਾਡੇ ਤੋਂ ਪਹਿਲਾਂ ਵੀ ਜਾਂ ਘਰ ਦਾ ਕੋਈ ਹੋਰ ਜੀ? ਪਹਿਲੇ ਵੀ ਮੈਂ ਕੀਤਾ ਤਾ, 15-20 ਸਾਲ ਮੈਂ ਪਹਿਲੇ ਚਲਾਇਆ, ਉਸ ਤੋਂ ਬਾਅਦ ਮੈਂ ਛੱਡਤਾ ਸੀ, ਫਿਰ ਕਿਸੇ ਹੋਰ ਨੇ ਲਿਆ ਸੀ, ਉਹਨੇ ਚਲਾਇਆ 10-12 ਸਾਲ, ਫਿਰ ਦੁਬਾਰਾ ਮੈਂ ਲਿਆ ਅਤੇ ਹੁਣ ਚਲਾ ਰਿਹਾ, 4-5 ਸਾਲ ਤੋਂ ਫਿਰ ਮੇਰੇ ਕੋਲ ਹੀ ਹੈ। ਕਿੰਨੀਆਂ ਚੱਕੀਆਂ ਜਿਹੜੀਆਂ ਕੁੱਲ ਕੰਮ ਕਰਦੀਆਂ? ਚੱਕੀਆਂ ਤਾਂ 6 ਹੈ ਟੋਟਲ ਜੀ, ਅਸੀਂ ਜ਼ਰੂਰਤਮੰਦ ਜਿੰਨੀਆਂ ਚਾਹੀਦੀਆਂ ਚਲਾ ਲੈਂਦੇ, ਜਿੰਨੀ ਲੋੜ ਪਈ ਉਹ ਚਲਾ ਲੈਂਦੇ, ਹੈ 6 ਨੇ ਬਸ। ਮਤਲਬ ਲਾਹੇਵੰਦ ਹੈ ਜਿਹੜਾ, ਸਿਹਤ ਲਈ ਬਿਲਕੁਲ ਠੀਕ ਹੈ, ਬਿਲਕੁਲ ਵਧੀਆ, ਪਿਓਰ ਵਧੀਆ ਜੀ, ਖਾਣ 'ਚ ਵਧੀਆ, ਬਹੁਤ ਵਧੀਆ, ਸਿਹਤ ਲਈ ਵਧੀਆ, ਬੈਸਟ ਆਟਾ ਜੀ ਮੰਨਦੇ ਜੀ। ਇਹ ਸਨ ਸਾਡੇ ਨਾਲ ਘਰਾਟ ਚੱਕੀ ਦੇ ਜਿਹੜੇ ਮਾਲਿਕ ਨੇ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਆਟਾ ਉਹ ਮਨੁੱਖੀ ਸਿਹਤ ਦੇ ਲਈ ਬਹੁਤ ਵਧੀਆ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸ਼ੂਗਰ ਦੇ ਮਰੀਜ਼ ਜਾਂ ਹੋਰ ਜਿਹੜੇ ਮਰੀਜ਼ ਨੇ ਉਹਨਾਂ ਦੇ ਲਈ ਵੀ ਇਹ ਆਟਾ ਬਹੁਤ ਵਧੀਆ, ਕਿਉਂਕਿ ਇਸ ਦੀ ਤਸੀਰ ਹੈ ਜਿਹੜੀ ਉਹ ਠੰਡੀ ਦੱਸੀ ਜਾਂਦੀ ਹੈ। ਪਠਾਨਕੋਟ ਤੋਂ ਜਤਿੰਦਰ ਮੋਹਨ, ਨਿਊਜ਼ 18 ਪੰਜਾਬ।